ਗ੍ਰਾਮ ਪੰਚਾਇਤ ਅਤੇ ਸਿਟੀ ਹੌਸਪੀਟਲ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਦਿਲ, ਦਿਮਾਗ, ਰੀੜ੍ਹ ਦੀ ਹੱਡੀ ਅਤੇ ਜੋੜਾਂ ਦੇ ਦਰਦ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ। ਇਸ ਮੈਡੀਕਲ ਕੈਂਪ ਦਾ 200 ਤੋਂ ਵੱਧ ਲੋਕਾਂ ਨੇ ਲਾਹਾ ਲਿਆ। ਆਦਮਪੁਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਪਰਮਜੀਤ ਸਾਬੀ ਦੀ ਵਿਸ਼ੇਸ਼ ਰਿਪੋਰਟ। ਡਾਕਟਰ ਸਾਹਿਲ ਬੱਤਰਾ, ਅੱਜ ਆਪਣੇ ਤਿੰਨ ਦੋਸਤਾਂ ਦੇ ਨਾਲ, ਡਾਕਟਰ ਦੀਪਾਸ਼ੂ ਸਚਦੇਵਾ ਜਿਹੜੇ ਕਿ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਸਪੈਸ਼ਲਿਸਟ ਨੇ, ਡਾਕਟਰ ਮਨੀਸ਼ ਬੰਸਲ ਜਿਹੜੇ ਗੋਡਿਆਂ ਦੇ ਸਪੈਸ਼ਲਿਸਟ ਨੇ, ਅਤੇ ਡਾਕਟਰ ਵਿਵੇਕ ਰਾਣਾ ਜਿਹੜੇ ਦਿਲ ਦੇ ਮਾਹਰ ਨੇ। ਮੈਂ ਡਾਕਟਰ ਸਾਹਿਲ ਬੱਤਰਾ, ਮੈਂ ਵੀ ਰੀੜ੍ਹ ਦੀ ਹੱਡੀਆਂ ਦਾ ਸਪੈਸ਼ਲਿਸਟ ਹਾਂ। ਅਸੀਂ ਅੱਜ ਪਿੰਡ ਕਪੂਰ ਚੰਡੂ ਸਿੰਘਾਂ ਦੇ ਕੋਲ ਗੁਰੂ ਘਰ ਦੇ ਵਿੱਚ ਇੱਕ ਕੈਂਪ ਲਗਾਇਆ ਸੀ, ਮੈਡੀਕਲ ਕੈਂਪ, ਜਿਹਦੇ ਵਿੱਚ ਅਸੀਂ ਫ੍ਰੀ ਮਰੀਜ਼ਾਂ ਨੂੰ ਦੇਖਿਆ। ਤਕਰੀਬਨ 200 ਦੇ ਕਰੀਬ ਅਸੀਂ ਮਰੀਜ਼ਾਂ ਨੂੰ ਦੇਖਿਆ, ਨਾਲ ਉਹਨਾਂ ਨੂੰ ਦਵਾਈ ਦਿੱਤੀ, ਉਹਨਾਂ ਦੇ ਕਈ ਸਾਰੇ ਟੈਸਟ ਕੀਤੇ ਅਤੇ ਉਹਨਾਂ ਨੂੰ ਕਈ ਟੈਸਟ ਵੀ ਲਿਖੇ, ਅੱਗੇ ਸਲਾਹ ਵੀ ਦਿੱਤੀ। ਅਤੇ ਇਹ ਕੈਂਪ ਸਾਡਾ ਕਾਫੀ ਸਕਸੈਸਫੁੱਲ ਰਿਹਾ। ਇਹ ਇਹਦੇ ਕਾਮਯਾਬ ਹੋਣ ਦਾ ਕਾਰਨ ਸੀ ਕਿ ਇੱਥੋਂ ਦੇ ਜਿਹੜੇ ਲੋਕ ਸੀ, ਜਿਹੜੇ ਗ੍ਰਾਮ ਪੰਚਾਇਤ, ਇਹ ਸਾਡਾ ਸਾਰਾ ਬਹੁਤ ਇਹਨਾਂ ਨੇ ਸਾਡਾ ਸਹਿਯੋਗ ਕੀਤਾ, ਉਹਨਾਂ ਦੇ ਕਰਕੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ।